ਬੋਲੀਆਂ ਵੀ ਉੱਠੀਆਂ ਨੱਚਣ ਲੱਗ ਗਈਆਂ ਸੀ। ਸੋ ਉਹ ਵੀ ਮੈਂ ਤੁਹਾਡੀ ਸਰਵਿਸ ਪੇਸ਼ ਕਰੂੰਗਾ। ਸੋ ਬਹੁਤ ਸਾਰੀਆਂ ਰਚਨਾਵਾਂ, ਏਕੇ ਦਾ ਮੇਰੇ ਨਾਲ ਵਿਦਾਈ ਰੱਖਣਾ ਵੀ ਅਸੀਂ ਏਕੇ ਦਾ ਜਿਹੜੇ 40 ਸ਼ਬਦ ਆ ਤੁਸੀਂ ਉਹਨਾਂ ਦਾ ਇੱਕ ਪਾਠ ਕਰ ਲਿਆ ਕਰੋ। ਜਦੋਂ ਸਤਿਗੁਰਾਂ ਨੂੰ ਯਾਦ ਕਰੋਗੇ, ਸਤਿਗੁਰ ਆਪ ਸਹਾਈ ਹੁੰਦੇ ਆ। ਸੋ ਸਾਡੇ ਸਤਿਕਾਰਯੋਗ ਬਾਬਾ ਜੀ ਸਤਿ ਸ੍ਰੀਧਰ ਦਾਸ ਜੀ ਲੁਧਿਆਣੇ ਵਾਲੇ, ਉਹਨਾਂ ਦੀ ਦੀਵਾਨ ਦੇ ਵਿੱਚ ਰਚਨਾ ਪੇਸ਼ ਕਰਿਆ। ਪੰਡਿਤ ਪੁੱਛਦੇ ਸਤਿਗੁਰ ਨੂੰ, ਗੰਗਾ ਕੀ ਤੇਰੀ ਲੱਗਦੀ ਹੈ? ਸ਼ਿਵ ਜੀ ਦੇ ਸਿਰ ਤੇ ਵੇਖੀ ਸੀ, ਤੇਰੇ ਚਰਨਾਂ ਦੇ ਵਿੱਚ ਲੱਗਦੀ ਹੈ। ਇਹ ਪੂਰਾ ਪ੍ਰਸੰਗ ਜੇ ਪੇਸ਼ ਕਰਨਾ ਹੋਵੇ ਮੈਨੂੰ ਇਹ ਲਗਭਗ 45 ਤੋਂ 50 ਮਿੰਟ ਦਾ ਸਮਾਂ ਚਾਹੀਦਾ, ਪਰ ਆਪਾਂ ਸੰਗ ਨਹੀਂ ਸੁਣਾ, ਉਹ ਵੀ ਸਮਾਂ ਜ਼ਿਆਦਾ ਨਹੀਂ ਮੇਰੇ ਕੋਲ। ਸੋ ਆਪਾਂ, ਮੈਨੂੰ 2 ਘੰਟੇ ਦਾ ਸਮਾਂ ਦਿੱਤਾ ਗਿਆ ਸੀ, ਕਿਉਂਕਿ 2 ਮਹੀਨੇ ਪਹਿਲਾਂ ਮੈਨੂੰ ਫਰੋਮ ਬੁੱਕ ਕਰਵਾਇਆ ਗਿਆ। ਸਵੀਕਾਰ ਨਹੀਂ ਕੀਤੀ ਤੇ ਤੁਹਾਡੀ ਭੇਟਾ ਆਵਾਜ਼ ਮਾਰ ਕੇ ਰਹੀ ਹੈ, ਉਹਦੇ ਵਿੱਚ ਇੱਕ ਸੋਨੇ ਦਾ ਕੰਗਣ ਦੀ ਭੇਟਾ। ਉਹ ਜਿਹੜਾ ਸੋਨੇ ਦੇ ਕੰਗਣ ਵਾਲਾ ਪੂਰਾ ਵਾਕਿਆ ਨਾ, ਉਹ ਮੈਂ ਤੁਹਾਨੂੰ ਫਿਰ ਕੇ ਦੱਸਾਂਗਾ। ਪੂਰਾ ਪੂਰਾ ਪ੍ਰਸੰਗ ਰਾਜਾ ਰੂਪ ਚੰਦਰ ਪ੍ਰਤਾਪ, ਰਾਣੀ ਅਪਣਾ ਗ੍ਰਾਸ, ਕਿਸ ਤਰ੍ਹਾਂ ਕੰਗਣ ਲੈ ਕੇ ਪੰਡਿਤ ਘਰ ਨੂੰ ਚੱਲਿਆ। ਸੋ ਕੰਗਣ ਵਾਲੀ ਪੂਰੀ ਜਿਹੜੀ ਵਾਕਿਆ ਪੂਰਾ ਪ੍ਰਸੰਗ ਦੱਸਾਂਗਾ। ਸੋ ਇਹ ਸੰਤਾਂ ਦੀ ਰਵਾਨ ਦੇ ਰਚਨਾ ਪਿਛੜਿਆ। ਪੰਡਿਤ ਤਾਂ ਪੁੱਛਦੇ ਸਤਿਗੁਰ ਨੂੰ, ਗੰਗਾ ਕੀ ਤੇਰੀ ਲੱਗਦੀ ਏ? Thank you.
ਦੀ ਛੱਤ ਹੁੰਦੀ ਆਈ ਆ ਤੇ ਵਿੱਚੋਂ ਮਾਰਦਾ ਕੀ ਆ ਇੱਕ ਇੱਕ ਵਾਰ ਕਰ ਦੇ ਸਾਰਾ ਕੀ
ਇੱਕ ਸ਼ਬਦ ਮੇਰੀਆਂ ਭੈਣਾਂ ਬਹੁਤ ਸੋਹਣਾ ਗਾਉਂਦੀਆਂ, ਉਹ ਕਿਹੜਾ?